ਉਹ ਜਿਹਦਾ ਵੱਖਰਾ ਸਟਾਈਲ ਜਿਹਦਾ ਵੱਖਰਾ ਹੈ ਰੋਬ ਹੀ ਇਜ਼ 1 ਐਂਡ ਓਨਲੀ ਕਿੰਗ ਆਫ ਪੌਪ ਉਹ ਮਲਕੀਤ ਸਿੰਘ ਭਾਈ ਆ ਗਿਆ ਅੱਜ ਰੇਡੀਓ ਸਿਟੀ ਦੇ ਸਟੂਡੀਓ 'ਚ ਭਾਈ ਕੀ ਹਾਲ ਨੇ ਬਹੁਤ ਅੱਛਾ ਜੀ ਬਹੁਤ ਅੱਛਾ ਥੈਂਕ ਯੂ ਬਹੁਤ ਵਧੀਆ ਤੁਸੀਂ ਸੁਣਾਓ ਕਿਦਾਂ ਤੁਸੀਂ ਉਹ ਮੈਂ ਕਹਾ ਭਾਜੀ ਤੁਹਾਨੂੰ ਬੜਾ ਵੇਖਿਆ ਬੜੇ ਤੁਹਾਡੇ ਗਾਣੇ ਸੁਣੇ ਨੇ ਹੈ ਮੈਂ ਕਹਾ ਲੋਕਾਂ ਦੇ ਦਿਲ ਕਰ ਜਾਂਦੇ ਨੇ ਟਿੰਗ ਲਿੰਗ ਜਦੋਂ ਗਾਂਦਾ ਟੀਵੀ ਤੇ ਮਲਕੀਤ ਸਿੰਘ ਹੈ ਤੇ ਭਾਜੀ ਮੇਰੇ ਪੰਜ ਸਵਾਲ ਜੀ ਤੁਹਾਡੇ ਤੋਂ ਹਾਂਜੀ ਜਵਾਬ ਦੇਣਾ ਸਹੀ ਸਹੀ ਪੰਜਾਬ ਪੰਜਾਬ ਪੁਲਿਸ ਤੋਂ ਨਹੀਂ ਤੁਸੀਂ ਲੱਕ ਸਕਦੇ ਮੈਨੂੰ ਪਤਾ ਜੀ ਮੈਨੂੰ ਪਤਾ ਮੈਨੂੰ ਪਤਾ ਤੁਸੀਂ ਹਾਂ ਪੁੱਛੋ ਕੋਈ ਗੱਲੇ ਨਹੀਂ ਪਹਿਲੇ ਅੰਦਰ ਆਓ ਹਾਂਜੀ ਨਵੇਂ ਗਾਣਿਆਂ ਦੀਆਂ ਬਹੁਤ ਬਹੁਤ ਵਧਾਈਆਂ oh thank you very much ਕੁਝ ਆਪ ਪਾਣੀ ਦਾ ਨਹੀਂ ਚਾਹੀਦਾ ਮੈਂ ਸਾਬ ਕੋ ਓਲਾ ਕਰ ਮੈਂ ਸਾਬ ਕੋ ਓਲਾ ਕਰਕੇ ਵਧਾਈਆਂ ਦਿੱਤੀਆਂ ਤੁਹਾਨੂੰ ਹਾਂ ਮੈਂ ਸਾਈਡ ਤੇ ਬਹੁਤ ਬਹੁਤ ਧੰਨਵਾਦ ਮੇਰੇ ਗੀਤ ਦਾ ਨਾਮ ਪਤਾ ਕੀ ਹੈ ਹਾਂ ਕਾਲੀ ਐਨਕ ਨਾਂ ਲਾਇਆ ਕਰ ਕਾਲੀ ਐਨਕ ਐਸਾ ਕਰਕੇ ਮੈਂ ਸਿਲਵਰ ਐਨਕ ਲਾਈ ਆ ਤੁਹਾਡੀ ਗੱਲ ਪਹਿਲੇ ਮੰਨ ਲਈ ਆਪਾਂ ਬੋਬਾ ਮਾਰਗਾ ਭਾਜੀ ਫੇਰ ਇੱਕ ਵਾਰ ਦੋ ਬਹੁਤ ਮਿਹਰਬਾਨੀ ਜੀ ਪਹਿਲਾ ਸਵਾਲ ਹਾਂਜੀ ਜੇ ਤੁਹਾਨੂੰ ਇੱਕ ਦਿਨ ਹਾਂਜੀ ਗਾਇਬ ਹੋਣ ਦਾ ਮੌਕਾ ਮਿਲ ਜਵੇ ਤਾਂ ਕਿਹੜਾ ਕੰਮ ਕਰੋਗੇ ਓਏ ਹੋਏ ਹੋਏ ਅੱਛਾ ਗਾਇਬ ਮਤਲਬ ਜੇ ਤੂੰ ਗਾਇਬ ਹੀ ਹੋ ਗਿਆ ਫੇਰ ਕੰਮ ਕੀ ਕਰੋਗੇ ਕਿਹੜਾ ਕੰਮ ਕਰੋਗੇ ਕਈ ਵਾਰ ਹੁੰਦਾ ਨਾ ਜੇ ਮੈਨੂੰ ਗਾਇਬ ਹੋਣ ਦਾ ਮੌਕਾ ਮਿਲ ਜਵੇ ਤਾਂ ਸਭ ਤੋਂ ਪਹਿਲਾਂ ਮੈਂ ਜਾ ਕੇ ਆਹ ਬੰਦੇ ਦੇ ਘਸੌਣ ਮਾਰੂੰਗਾ ਬੱਖੀ ਚ ਇਦਾਂ ਦਾ ਕੁਝ ਨਹੀਂ ਨਹੀਂ ਇਹ ਹੋ ਸਕਦਾ ਜੇ ਮੈਂ ਗਾਇਬ ਹੋ ਜਾਮ ਮੈਨੂੰ ਸੰਭਤੀ ਲੱਗਦੀ ਮੈਂ ਮੈਂ ਤਾਂ ਕਦੇ ਸੋਚਿਆ ਨਹੀਂ ਇਦਾਂ ਵੀ ਇਦਾਂ ਵੀ ਕਦੇ ਹੋ ਸਕਦਾ ਫਿਰ ਸੋਚ ਕੇ ਦੇਖੋ ਜੇ ਗਾਇਬ ਤੁਸੀਂ ਹੋ ਗਏ ਉਹ ਮਿਸਟਰ ਇੰਡੀਆ ਫਿਲਮ ਦੇਖੀ ਤੁਸੀਂ ਹਾਂ ਉਦਾਂ ਜੇ ਤੁਸੀਂ ਉੱਥੇ ਚਲ ਜਾਓ ਹਨ ਤੇ ਮੈਨੂੰ ਲੱਗਦਾ ਯਾਰ ਮੈਂ ਦੇਸ਼ ਦਾ ਪ੍ਰੈਜਿਡੈਂਟ ਮਿਸਟਰ ਬਣ ਜਾਮ ਤਾਂ ਮੈਂ ਮਤਲਬ ਬਹੁਤ ਜਿਹੜੇ ਜਿਹੜੇ ਕੰਮ ਕਰਨ ਵਾਲੇ ਉਹ ਮੈਂ ਸਾਰੇ ਦੁਨੀਆਂ ਦੇ ਕੰਮ ਕਰਵਾ ਦਮਾ ਇੰਡੀਆ ਚ ਸਪੈਸ਼ਲੀ ਜਿਹੜੀ ਆ ਤੁਹਾਡੀ ਬਿਜਲੀ ਬਾਰ-ਬਾਰ ਚੱਲ ਜਾਂਦੀ ਇਹਨੂੰ ਵੀ ਰੋਕ ਦਵਾਵੇਂ ਘਟੋ ਘਟ ਕਟ ਕਟ ਨਹੀਂ ਲੱਗਣੇ ਚਾਹੀਦੇ ਮੋਢਲਾ ਗੈਪ ਹੋ ਗਿਆ ਤੁਸੀਂ ਕ腐ਸ਼ਨ ਖਤਮ ਕਰੋਗੇ ਦੇਸ਼ ਚ ਸਹੀ ਸਹੀ ਕੰਮ ਕਰੋਗੇ ਹਾਂ ਬਿਲਕੁਲ ਮੇਰਾ ਜੀ ਕਰਦਾ ਕਿ ਐਦਾਂ ਨਹੀਂ ਕੋਈ ਗੱਲਬਾਤ ਕਰਨੀ ਹੋਣੀ ਚਾਹੀਦੀ ਵਸੇ ਪ੍ਰਾਈਮ ਮਿੰਿਸਟਰ ਵਾਲੀ ਸਹੀ ਗੱਲ ਕੰਮ ਕਰ ਦਿੰਦਾ ਤੁਸੀਂ ਵਸੇ ਅੱਜ ਕੱਲ ਸਾਰੇ ਆਰਟਿਸਟ ਹੀ ਬਣਨਦੇ ਆ ਪ੍ਰਾਈਮ ਮਿੰਿਸਟਰ ਵੀ ਹਾਂ ਚੀਫ ਮਿਨਿਸਟਰ ਤਾਂ ਬਣ ਗਿਆ ਹੁਣ ਦੇਖਦੇ ਹਾਂ ਪ੍ਰਾਈਮ ਮਿਨਿਸਟਰ ਤੱਕ ਕੀ ਗੱਲ ਹੋ ਸਕਦੀ ਹੈ ਇਹ ਤਾਂ ਗੱਲ ਹੈ ਪੰਜਾਬ ਦੇ ਚੀਫ ਮਿਨਿਸਟਰ ਆਪ ਆਰਟਿਸਟ ਨੇ ਬੜਾ ਅਸੀਂ ਰਿਸਪੈਕਟ ਵੀ ਕਰਦੀ ਆ ਪੰਜਾਬ ਪੁਲਿਸ ਜੀ ਉਹਨਾਂ ਦੀ ਹਾਂ ਬਿਲਕੁਲ ਜੀ ਬਿਲਕੁਲ ਕਰਦੀ ਵੀ ਚਾਹੀਦੀ ਹੈ ਅਸੀਂ ਵੀ ਤੁਹਾਡੀ ਬਹੁਤ ਰਿਸਪੈਕਟ ਕਰਦੇ ਹਾਂ ਹੋਰ ਕਿਤੇ ਕੱਲ ਨੂੰ ਇੱਕ ਤਾਰਾ ਰਹਿ ਗਿਆ ਉਹ ਵੀ ਲਾਇਆ ਹੋਵੇ ਜੇ ਕੁਝ ਬੋਲ ਗਏ ਤਾਂ ਜਿਉਂਦੇ ਰਹਿਣ ਤੇਰੇ ਫੁੱਲ ਰੱਬ ਤੇਰੇ ਇੱਕ ਫੁੱਲ ਹੋਰ ਲਾਵੇ ਅੱਛਾ ਭਾਜੀ ਅਗਲਾ ਸਵਾਲ ਮੇਰਾ ਆਇਆ ਹੈ ਆ ਲਿਫਟ 'ਚ ਤੁਸੀਂ ਆਏ ਸੀਗੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਜੇ ਇੱਕ ਸੈਲੀਬ੍ਰਿਟੀ ਨਾਲ ਲਿਫਟ 'ਚ ਬੰਦ ਹੋਣ ਦਾ ਮ ਕਿਹੜੀ ਆ ਕਿਹੜਾ ਜਾਂ ਕਿਹੜੀ ਸੈਲੀਬ੍ਰਿਟੀ ਹੋਊਗੀ ਮੈਨੂੰ ਲੱਗਦਾ ਮਾਧਰੀ ਡਿਕਸ ਇਸ ਹੋਣੀ ਚਾਹੀਦੀ ਆਏ ਹਾਏ 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 ਫੇਰ ਪਤਾ ਲਿਫਟ ਦੇ ਫਲੋਰ ਪਤਾ ਕਿੱਦਾਂ ਜਾਣੇ ਆ 1 2 3 4 5 6 7 8 9 10 11 ਰੋਕ ਰੋਕ ਲਿਫਟ ਉੱਥੇ ਰੋਕ 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 ਜੋ ਰੋਕ ਜੋ ਮਾਧਰੀ ਡਿਕਸ਼ਾ ਤਾਂ ਜੇ ਆਈ ਨਹੀਂ ਸੱਚੀ ਹੈ ਵੈਸੇ ਤੁਹਾਨੂੰ ਸਭ ਤੋਂ ਜ਼ਿਆਦਾ ਹਾਂਜੀ ਦੁਨੀਆ ਦੇ ਵਿੱਚ ਕਿਹੜੀ ਚੀਜ਼ ਪਸੰਦ ਹੈ ਸਭ ਤੋਂ ਜ਼ਿਆਦਾ ਮਗਰ ਨਾ ਸਿੰਗਿੰਗ ਤਾਂ ਤੁਸੀਂ ਕਹੀ ਦੋਗੇ ਕਿ ਸਿੰਗਿੰਗ ਸਭ ਤੋਂ ਵਧੀਆ ਲੱਗਦੀ ਹੈ। ਹਾਂਜੀ। ਉਸ ਤੋਂ ਵੀ ਉੱਤੇ ਕਿਹੜੀ ਜੀ ਪਸੰਦ ਆ ਸਭ? ਮੈਨੂੰ ਸਭ ਤੋਂ ਵੱਧ ਪਸੰਦ ਮੇਰਾ ਪਿੰਡ ਹੈ। ਆਹੋ। ਮੇਰਾ ਪਿੰਡ ਹਸਨਪੁਰ ਜਦੋਂ ਅਸੀਂ ਉੱਥੇ ਆਉਨੇ ਆ ਦੁਨੀਆ ਦੀ ਸਭ ਤੋਂ ਕਿਤੇ ਨਹੀਂ ਮੈਂ ਹਰ ਚੀਜ਼ ਮੈਂ ਦੇਖੀ ਹੈ। ਮੈਂ 72 ਕੰਟਰੀਆਂ ਦੇ ਵਿੱਚ ਪ੍ਰੋਗਰਾਮ ਕਰਨ ਗਿਆ ਦੁਨੀਆ ਸਾਰੀ ਦੇਖੀ ਹੈ। ਪਰ ਮੈਨੂੰ ਲੱਗਦਾ ਮੇਰੇ ਪਿੰਡ ਵਰਗੀ ਕੋਈ ਚੀਜ਼ ਨਹੀਂ। ਮੇਰੇ ਪੁਰਾਣੇ ਘਰ ਜਿਹੜਾ ਨਾ ਉਹ ਦੀ ਜਦੋਂ ਉੱਥੇ ਆ ਕੇ ਸੀ ਦੁਨੀਆ ਦੀ ਸਭ ਤੋਂ ਮੈਨੂੰ ਸਵਰਗ ਲੱਗਦਾ ਹੈ। ਹਾਂ ਪਿੰਡ ਵਾਲਾ ਘਰ ਜਿਹੜਾ ਕਹਿੰਦਾ ਵੀ ਦੁਨੀਆ ਮੈਂ ਸਾਰੀ ਫਿਰ ਤੁਰ ਕੇ ਦੇਖੀ ਐ ਪਰ ਉਹ ਜਿਹੜਾ ਘਰ ਆ ਜਿੱਥੋਂ ਜੰਮੇ ਪਲੇ ਸੀ ਉਹ ਉਹ ਥਾਂ ਵਰਗੀ ਕੋਈ ਦੁਨੀਆ ਚ ਥਾਂ ਨਹੀਂ ਆਏ ਹਾਏ 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 ਤੁਸੀਂ ਤਾਂ ਮੇਰਾ ਪਿੰਡ ਯਾਦ ਕਰਾਤਾ ਮੈਨੂੰ ਤੁਹਾਡਾ ਜਿਹੜਾ ਪਿੰਡ ਤੁਹਾਡਾ ਕਿਹੜਾ ਪਿੰਡ ਹੈ ਉਹ ਮੈਂ ਜਲੰਧਰ ਮੈਂ ਗੱਲ ਹੀ ਕਹੀ ਮੈਂ ਜਲੰਧਰ ਦਾ ਹੀ ਆ ਅੱਛਾ ਭਾਜੀ ਇੱਕ ਹੋਰ ਸਵਾਲ ਆ। ਐ ਵੈਸੇ ਕਈ ਵਾਰੀ ਬੰਦਾ ਕਈ ਵਾਰੀ ਕੀ ਬੰਦਾ ਵਿਹਲਾ ਬੈਠਾ ਹੀ ਹੁੰਦਾ। ਹਾਂ। ਤੇ ਵਿਹਲੇ ਬੈਠੇ ਬੈਠੇ ਕਦੀ ਜਿੱਦਾਂ ਚਲੋ ਸਾਡੇ ਕੋਲ ਤਾਂ ਡੰਡਾ ਹੁੰਦਾ ਤੁਸੀਂ ਨੱਕ 'ਚ ਉਂਗਲ ਜੀ ਕਦੀ ਫੇਰੀ ਆ। ਐਦਾਂ ਹੀ ਪੁੱਛ ਲਿਆ ਉਹ ਨਾ। ਕਦੀ ਨੱਕ 'ਚ ਉਂਗਲ ਫੇਰੀ ਹੋਵੇ ਵਿਹਲੇ ਬੈਠਿਆਂ। ਇਹ ਨਹੀਂ ਇਹ ਤਾਂ ਹੀ ਨੇਚਰਲ ਆ। ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਹੋਵੇ। ਨਹੀਂ ਵਿਹਲੇ ਬੈਠੇ ਕਈ ਵਾਰੀ ਕਿਸੇ ਦੇ ਸਾਹਮਣੇ ਨਹੀਂ ਸਾਈਡ ਤੇ ਹੋ ਕੇ ਜ਼ਰੂਰ ਕੀਤੀ ਆ। ਚਲੋ ਹੁਣ ਮੈਂ ਤੁਹਾਨੂੰ ਕਹਾਂਗਾ ਨਹੀਂ ਕਰਕੇ ਦਿਖਾਉ। ਜਦੋਂ ਕੋਈ ਆ ਜਾਂਦਾ ਹੁੰਦਾ ਫਿਰ ਐ ਕਰ ਲੈਨੇ फटाफट। ਉਹ ਕੀ ਹੋ ਗਿਆ ਕੀ ਹੋ ਗਿਆ। ਸ਼ੂਟਿੰਗ ਵੇਲੇ ਵੀ ਕਈ ਵਾਰੀ ਮੰਨਾ ਹੋ ਗਿਆ ਸ਼ਾਰਟ ਸ਼ੁਰੂ ਆਖਰੀ ਸਵਾਲ ਹਾਂਜੀ ਜਿਹਨੂੰ ਦੁਨੀਆ ਜਾਣਨਾ ਚਾਹੁੰਦੀ ਹੈ ਹਾਂਜੀ ਮਲਕੀਸ਼ ਸਿੰਘ ਭਾਜੀ ਨੂੰ ਇਨਸਪੈਕਟਰ ਸ਼ੇਰਾ ਨਾਲ ਮਿਲ ਕੇ ਕਿਦਾਂ ਦਾ ਲੱਗ ਰਿਹਾ ਵਾਹ 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 ਸ਼ੇਰਾ ਤੂੰ ਬਹੁਤ ਵਾਕਿਆ ਸ਼ੇਰਾ ਯਾਰ ਮੈਨੂੰ ਬਹੁਤ ਚੰਗਾ ਹੀ ਬਹੁਤ ਲੱਗਿਆ ਤੇਰੀ ਪਰਸਨੈਲਿਟੀ ਬਹੁਤ ਆ ਮੁੰਡਾ ਨੇ ਕਮਾਲ ਕਰ ਦਿੱਤੀ ਆਹ ਮੈਨੂੰ ਬਹੁਤ ਚੰਗਾ ਲੱਗਿਆ ਯਾਰ ਵੈਰੀ ਨਾਈਸ ਆਪਣੀ ਤਰੀਫ ਆਪੇ ਕਰ ਲੈਂਦੀ ਹੁੰਦੀ ਪੰਜਾਬ ਪੁਲਿਸ ਓਏ ਜਾਂਦੇ ਜਾਂਦੇ ਭਾਜੀ ਦੋ ਲੈਣਾ ਗੁਰਗੁਣਾ ਦਿਓ ਸਾਡੇ ਸ਼ਰੋਤਿਆਂ ਵਾਸਤੇ ਹਾਂ ਓ ਗੁੜ ਨਾਲ ਵਿਸ਼ਕ ਮਿੱਠਾ ਓਏ ਹੋਏ ਗੁੜੇ ਨਾਲ ਵਿਸ਼ਕ ਮਿੱਠਾ ਹੋ ਰੱਬਾ ਲੱਗ ਨਾ ਕਿਸੇ ਨੂੰ ਜਾਵੇ ਗੁਰ ਨਾਲੋਂ ਇਸ਼ਕ ਮਿੱਠਾ ਕੀ ਬਾਤ ਹੈ ਜੀ ਇਹ ਸੀ ਇਨਸਪੈਕਟਰ ਸ਼ੇਰੇ ਦਾ ਘੇਰਾ ਪੈ ਗਿਆ ਸੀ ਮਲਕੀਤ ਸਿੰਘ ਭਾਜੀ ਨੂੰ ਤੇ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਹੋਵੇਗਾ ਤੇ ਮੈਂ ਭਾਜੀ ਨੂੰ ਮੜਾ ਜਾ ਥਾਣੇ ਤੋਂ ਬਾਹਰ ਜਿੱਦਾ ਆਪਣਾ ਕਮਾ ਲੈਵਾਂ ਭਾਜੀ ਆਓ ਮੈਂ ਨਾ ਭਾਜੀ ਅੱਜ ਮਰਦੀ ਦੇ ਨਾਲ ਦਾ ਇੱਕ ਥਾਣੇਦਾਰ ਦਾ ਕੁੱਕੜ ਚੱਕ ਟਾ ਥਾਣੇਦਾਰ ਦਾ ਕੁੱਕੜ ਚੱਕ ਥਾਣੇਦਾਰ ਦਾ ਕੁੱਕੜ ਚੱਕ ਲਿਆ ਨੀ ਡੱਬਾ ਕੁੱਤਾ ਮੇਰੇ ਵੀਰ ਦਾ ਨੀਂ ਡਬਾ ਕੁੱਤਾ ਮੇਰੇ ਵੀਰ ਦਾ ਉਹ ਕਿਆ ਬਾਤ ਹੈ ਭਾਈ ਉਹ ਦਿਨ ਵੀ ਬਣਾਤਾ ਮੇਰੀ ਰਾਤ ਵੀ ਬਣਾਤੀ ਤੁਸੀਂ ਆਓ ਭਾਈ ਮੈਂ ਤੁਹਾਨੂੰ ਚੱਕਰ ਲਵਾ ਲਵਾਂ ਆਪ ਸਾਹਮਣੇ ਜਾਈਏ ਨਾ ਸਾਹਮਣੇ ਆ ਗਲੀ ਜਿਹੜੀ ਆ ਜਾ ਰਹੀ ਆ ਆ ਬਸ ਇਹਦੇ ਉੱਪਰ